ਕਈ ਵਾਰੀ ਉਹਨਾਂ ਨੇ ਸੰਤਾਂ ਦੇ ਨਾਲ ਇਸ ਤਰ੍ਹਾਂ ਦੀ ਚਰਚਾ ਵੀ ਕੀਤੀ ਅਤੇ ਇਸ ਤਰ੍ਹਾਂ ਕਰਕੇ ਮਹਾਰਾਜ ਨੂੰ ਕਈ ਤਰੀਕਿਆਂ ਨਾਲ ਸਰਾਣਾ ਦਿੱਤਾ ਗਿਆ। ਪਰ ਗੁਰੂ ਮਹਾਰਾਜ ਆਪ ਨਿਰੰਕਾਰ ਸਿੰਘ ਸਨ, ਉਹਨਾਂ ਦਾ ਅਹੰਕਾਰ ਦੂਰ ਕੀਤਾ ਗੁਰੂ ਮਹਾਰਾਜ ਨੇ ਵਿਚਾਰਾਂ ਦੁਆਰਾ, ਅਤੇ ਜਿਸ ਵਿੱਚ ਉਹਨਾਂ ਨੇ ਤਰਕ ਵੀ ਕੀਤੀਆਂ ਉਹਨਾਂ ਦੇ ਗੁਰੂ ਮਹਾਰਾਜ ਨੇ ਉਹਨਾਂ ਨੂੰ ਉਹਨਾਂ ਦੇ ਅਹੰਕਾਰ ਨੂੰ ਦੂਰ ਕੀਤਾ। ਸੋ ਇੱਥੇ ਪ੍ਰਕਰਨ ਚੱਲ ਰਿਹਾ ਸੀਗਾ ਗੁਰੂ ਮਹਾਰਾਜ ਜੀ ਨਾਲ ਸ਼ਰਨ ਦੇ ਵਿੱਚ ਆ ਕਰਕੇ ਹਰ ਇੱਕ ਇਨਸਾਨ ਦੀ ਭਾਵਨਾ ਵੱਖਰੇ ਵੱਖਰੇ ਢੰਗ ਦੀ ਹੁੰਦੀ ਆ। ਇਸ ਤਰ੍ਹਾਂ ਗੁਰੂ ਮਹਾਰਾਜ ਦੀ ਸ਼ਰਨ ਵਿੱਚ ਕਈ ਆਉਂਦੇ ਆ ਕਿ ਮਾਣ ਮੰਗੇ, ਕੋਈ ਦਾਨ ਮੰਗੇ, ਕੋਈ ਧਨ ਦਾ ਕੋਈ ਸੁੱਖ ਦੇ, ਇਸ ਤਰ੍ਹਾਂ ਦੀ ਇੱਛਾ ਰੱਖ ਕੇ ਆਉਂਦਾ ਹੈ। ਅਤੇ ਕੋਈ ਕਹਿੰਦਾ ਆ ਇਹ ਸੇਵਾ ਕਰਨ ਨੂੰ ਵੀ ਹੈ ਸ਼ੁਭ ਕਰਮ ਦੇ ਪੱਖੋਂ ਨਾ ਕਰੋ ਨਾ ਕਰੋ, ਹਾਂ ਸੋ ਜਾਂ ਕਬਜ਼ਾ ਕਬਜ਼ਾਈ ਕਰੋ, ਨਿਸ਼ਚੈ ਕਰਮ ਦੀ ਜੀਤ ਕਰੋ, ਇਸ ਤਰ੍ਹਾਂ ਦੀ ਦਾਤ ਮੰਗਦਾ ਆ। ਅਤੇ ਕਈ ਇਹੋ ਜਿਹੇ ਹੁੰਦੇ ਹਨ, ਮੈਂ ਕਿਹਾ ਮਾਓ ਪਿਛੇ ਨਾਲ ਆਈ ਹਰ ਦੂਜੇ ਨਾਮ ਪਿਆ ਰੋਜੀ। ਸੋ ਮਹਾਤਮਾ ਗੁਰੂ ਦੀ ਸ਼ਰਨ ਦੇ ਵਿੱਚ ਆ ਕਰਕੇ ਉਸਦੀ ਨਾਮ ਦੀ ਦਾਤ ਮੰਗਦੇ ਹਨ। ਅਤੇ ਜਿੱਥੇ ਮਹਾਰਾਜ ਜੀ ਦੀ ਨਾਮ ਦੀ ਦਾਤ ਮੰਗ ਲਈ ਉਸ ਥਾਂ ਦੇ ਉੱਤੇ ਹੋਰ ਕੋਈ ਚੀਜ਼ ਦੀ ਇੱਛਾ ਨਹੀਂ ਰਹਿੰਦੀ। ਪਰ ਸਤਿਗੁਰੂ ਜੀ ਬੜੇ ਦਿਆਲੂ ਹਨ, ਇੱਛਾ ਪੂਰੀ ਸਾਜ ਸੁਖਦਾਤਾ ਹਰ ਜਾ ਕੇ ਵਸ ਕੇ ਕਾਮ ਦੇ ਨਾਮ। ਸੋ ਸਤਿਗੁਰਾਂ ਦੇ ਪਾਸ ਜਿਹੋ ਜਿਹੀ ਅਸੀਂ ਕਾਮਨਾ ਲੈ ਕਰਕੇ ਆਵਾਂਗੇ, ਸਤਿਗੁਰੂ ਜੀ ਉਸੇ ਤਰ੍ਹਾਂ ਸਾਡੀ ਕਾਮਨਾ ਪੂਰੀ ਕਰਨਗੇ। ਜਿਸ ਸਮੇਂ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਅਨੰਦਪੁਰ ਸਾਹਿਬ ਵਿਖੇ ਬਿਰਾਜਮਾਨ ਸਨ, ਉਹਨਾਂ ਦੇ ਪਾਸ ਵਿਆਹ ਦਾ ਸਮਾਂ ਸੀਗਾ ਸਤਿਗੁਰੂ ਜੀ ਦਾ ਗੁਰਪੁਰਬ। ਔਰ